ਜਿਨ੍ਹਾਂ ਨੇ ਲਾਇਸੈਂਸ ਲਿੱਤੇ ਨੇ, ਤਿੰਨ ਨੇ ਲਾਇਸੈਂਸ ਲਿੱਤੇ ਜੀ, ਹਾਂਜੀ। ਔਰ ਅਟਵਾਲ ਪੈਲਸ ਤੁਸੀਂ ਜਗ੍ਹਾ ਨਿਸ਼ਚਿਤ ਕੀਤੀ ਹੈ। ਉਸ ਤੋਂ ਇਲਾਵਾ ਜੇ ਜੇ ਕੱਲ੍ਹ ਦੇਖਿਆ ਜਾਵੇ ਕਿ ਫਾਇਰ ਬ੍ਰਿਗੇਡ ਦਾ ਜਾਂ ਪ੍ਰਸ਼ਾਸਨ ਵੱਲੋਂ ਇੰਤਜ਼ਾਮ ਹੁੰਦਾ ਹੈ, ਅਤੇ ਹਾਲੇ ਫਿਲਹਾਲ ਉਹਨਾਂ ਨੇ ਪ੍ਰਸ਼ਾਸਨ ਨੇ ਯਾਨੀ ਫਾਇਰ ਬ੍ਰਿਗੇਡ ਦਾ ਇੰਤਜ਼ਾਮ ਨਹੀਂ ਸੀ ਕੱਲ੍ਹ, ਔਰ ਪਟਾਕੇ ਲਾ ਦਿੱਤੇ ਗਏ। ਬਾਕੀ ਬਾਜ਼ਾਰਾਂ 'ਚ ਭੀੜ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਕੀ ਇੰਤਜ਼ਾਮ ਕੀਤਾ ਜਾ ਰਿਹਾ ਜੀ? ਦੇਖੋ ਜੀ, ਪ੍ਰਸ਼ਾਸਨ ਵੱਲੋਂ ਇਹੀ ਹੈ ਕਿ ਇੱਕ ਤਾਂ ਨੰਬਰ ਇੱਕ ਅਸੀਂ ਜਿਹੜੀ ਓਪਨ ਸਪੇਸ ਹੈ ਉਹ ਅਟਵਾਲ ਪੈਲਸ ਦੇ ਕੋਲ ਖੁੱਲ੍ਹੀ ਡੁੱਲੀ ਸਪੇਸ ਹੈ, ਉਹ ਅਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਉਹ ਚੂਜ ਕੀਤੀ ਗਈ ਹੈ, ਇਸੇ ਕਰਕੇ ਕਿ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। ਅਤੇ ਉਸ ਤੋਂ ਬਿਨਾਂ ਜਿਹੜੇ ਅਨਔਥੋਰਾਈਜ਼ਡ ਸੈਲਰ ਨੇ, ਜਿਹੜੇ ਪਟਾਕਾ ਵਿਕਰੇਤਾ ਨੇ, ਉਹਨਾਂ ਨੂੰ ਨੱਥ ਪਾਉਣ ਵਾਸਤੇ ਪੁਲਿਸ ਟੀਮ ਨੂੰ ਵੀ ਰੇਡ ਕੀਤੀ ਜਾ ਰਹੀ ਹੈ। ਅਤੇ ਰੇਡ ਦੇ ਦੌਰਾਨ ਜਿਹੜਾ ਹੈ ਉਹ ਸਾਨੂੰ ਇਸ ਤਰ੍ਹਾਂ ਦੇ ਕੋਈ ਗਲਤ ਜ਼ਖੀਰੇ ਜਿਹੜੇ ਹੈਗੇ ਨੇ ਉਹ ਵੀ ਮਿਲੇ ਨੇ। ਅਤੇ ਉਸ ਤੋਂ ਬਿਨਾਂ ਅਲੱਗ ਤੋਂ ਆਪਣੀ ਟੀਮ ਵੀ ਜਿਹੜੀ ਹੈਗੀ ਹੈ, ਜੁਆਇੰਟ ਟੀਮ ਹੈਗੀ ਹੈ ਪੁਲਿਸ ਦੀ ਵੀ ਹੈ, ਨਾਲ ਮੇਰੇ ਅਫਸਰਸ ਵੀ ਹੈਗੇ ਨੇ, ਉਹਦੀ ਵੀ ਮੈਂ ਡਿਊਟੀ ਲਾਈ ਹੋਈ ਹੈ। ਅਤੇ ਸਾਨੂੰ ਜਿਹੜੀ ਹੈਗੀ ਹੈ ਇੰਟਰਨਲ ਜਿਹੜੀ ਕੋਈ ਸਾਡੀ ਹੈਗੀ ਨੇ ਸੂਚਨਾ ਵਗੈਰਾ ਮਿਲ ਜਾਂਦੀ ਹੈ, ਅਤੇ ਉਹ ਨਾਲ ਦੀ ਨਾਲ ਅਸੀਂ ਕਾਰਵਾਈ ਕਰ ਲੈਂਦੇ ਹਾਂ। ਪੁਲਿਸ ਡਿਪਾਰਟਮੈਂਟ ਵੱਲੋਂ ਇਸ ਵਾਰੀ ਕਾਫੀ ਜ਼ਿਆਦਾ ਸਖਤੀ ਇਸ ਮਾਮਲੇ 'ਚ ਕੀਤੀ ਹੋਈ ਹੈ। ਅਤੇ ਜਿੱਥੋਂ ਤੱਕ ਫਾਇਰ ਬ੍ਰਿਗੇਡ ਦਾ ਹੈਗਾ, ਫਾਇਰ ਬ੍ਰਿਗੇਡ ਅਸੀਂ ਸਾਡੇ ਕੋਲ ਅਵੇਲੇਬਲ ਹੈ, ਅਤੇ ਨਾਲ ਦੀ ਨਾਲ ਉੱਥੇ ਈਓ ਸਾਹਿਬ ਨੂੰ ਮੈਂ ਅੱਜ ਕਿਹਾ ਕਿ ਉੱਥੇ ਜਿੱਥੇ ਅਟਵਾਲ ਪੈਲਸ ਕੋਲ ਜਿਹੜੀ ਆਪਣੀ ਸਾਈਟ ਜਿਹੜੀ ਆਥੋਰਾਈਜ਼ ਕੀਤੀ ਗਈ ਹੈ, ਉੱਥੇ ਜਿਹੜੇ ਹੈਗੇ ਫਾਇਰ ਟੈਂਡਰ ਉੱਥੇ ਡਿਪਿਊਟ ਕਰਨ। ਕੁਛ ਇਹਦਾ ਦਿਵਾਲੀ ਕਰਕੇ ਬਾਜ਼ਾਰਾਂ 'ਚ ਵੀ ਥੋੜ੍ਹੀ ਭੀੜ ਵੱਧ ਜਾਂਦੀ ਹੈ, ਅਤੇ ਕੋਈ ਸਮਾਨ ਵੀ ਦੁਕਾਨਦਾਰ ਬਾਹਰ ਰੱਖ ਲੈਂਦਾ ਜੀ, GT ਰੋਡ ਜਾਂ ਬਾਜ਼ਾਰ ਸੁਭਾਅ ਬਾਜ਼ਾਰ ਜਾਂ ਰੇਲਵੇ ਰੋਡ ਸਾਰੇ ਬਾਜ਼ਾਰਾਂ 'ਚ ਵੱਧ ਜਾਂਦੀ ਹੈ ਥੋੜ੍ਹਾ ਜਿਹਾ, ਉਹਦੇ ਵਾਸਤੇ ਤੁਸੀਂ ਕੀ ਕਰਨਾ ਚਾਹੁੰਦੇ? ਹਾਂ, ਉਹਦੇ ਵਾਸਤੇ ਵੀ ਸਾਡੀ ਮਿਊਂਸਪਲ ਕਮੇਟੀ ਦੀ ਟੀਮ ਹੈਗੀ ਹੈ, ਜਿਹੜੀ ਅਨਔਥੋਰਾਈਜ਼ਡ ਜਿਹੜੇ ਹੈਗੇ ਨੇ ਇਨਕਰੋਚਮੈਂਟਸ, ਉਹਨਾਂ ਨੂੰ ਹਟਾਉਣ 'ਤੇ ਜਿਹੜੀ ਕਾਰਵਾਈ ਕਰਦੀ ਹੈ। ਪਰ ਦਿਵਾਲੀ ਦੇ ਦਿਨਾਂ 'ਚ ਜ਼ਿਆਦਾ ਕਰਕੇ ਜਿਹੜੇ ਦੁਕਾਨਦਾਰ ਵੀਰ ਨੇ ਉਹ ਜਿਹੜਾ ਸਮਾਨ ਸਾਲ ਸਾਲ ਤੋਂ ਅੰਦਰ ਪਿਆ ਹੁੰਦਾ ਉਹ ਅੱਗੇ ਇਨਕਰੋਚਮੈਂਟ ਕਰਕੇ ਉਹ ਆਪਣਾ ਰਸਤਾ ਆਪੇ ਹੀ ਬੰਦ ਕਰ ਲੈਂਦੇ ਨੇ, ਦੁਕਾਨ ਦਾ ਰਸਤਾ ਬੰਦ ਕਰ ਲੈਂਦੇ ਨੇ, ਸੜਕਾਂ ਘੱਟ ਹੋ ਜਾਂਦੀਆਂ ਨੇ, ਅਤੇ ਉਹ ਉਹਨਾਂ ਦਾ ਵਪਾਰ ਵਧਣ ਦੀ ਬਜਾਏ ਉਹਨਾਂ ਦਾ ਵਪਾਰ ਸਗੋਂ ਘੱਟ ਜਾਂਦਾ। ਅਤੇ ਸਾਡੇ ਵੱਲੋਂ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਬੇਨਤੀ ਹੈ ਕਿ ਅਜਿਹਾ ਨਾ ਕੀਤਾ ਜਾਵੇ, ਕਿਉਂਕਿ ਇਹ ਵੀ ਠੀਕ ਨਹੀਂ ਲੱਗਦਾ ਦਿਵਾਲੀ ਦੇ ਦਿਨਾਂ ਦੇ ਵਿੱਚ ਜੇਕਰ ਸਾਡੀ ਟੀਮ ਜਾ ਕੇ ਉਹਨਾਂ ਦਾ ਸਮਾਨ ਚੁੱਕ ਕੇ ਲਿਆਵੇ, ਉਹ ਵੀ ਇਹਦੇ ਵਾਸਤੇ ਉਹ ਨਹੀਂ ਹੈਗਾ। ਪਰ ਫਿਰ ਵੀ ਸਾਡੀ ਟੀਮ ਨੂੰ ਮੈਂ ਉਹ ਜ਼ਰੂਰ ਇਹ ਕਿਹਾ ਹੋਇਆ ਕਿ ਸਮੇਂ ਸਮੇਂ 'ਤੇ ਆਪਣਾ ਰਾਊਂਡ ਲਓ, ਅਤੇ ਕੋਈ ਇਹਦੇ 'ਚ ਲਿਨਿਟ ਵਿਊ ਫਿਰ ਨਹੀਂ ਅਸੀਂ ਲਵਾਂਗੇ। ਇਹ ਤਾਂ ਬਾਈਟ ਇੱਧਰ ਨੂੰ ਆ ਗਏ ਤੇ ਹੋਰ